ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਦੀ ਵੀਡੀਓ 'ਚ ਆਪਾਂ ਜਾਣਾਂਗੇ ਕੀ ਹੁੰਦਾ ਹੈ ਲੋਕਪਾਲ, ਲੋਕਾਯੁਕਤ ਆਫ ਇੰਡੀਆ ਐਂਡ ਉਹਨਾਂ ਦੀ ਪਾਵਰਸ ਕੀ ਹੁੰਦੀ ਆ। ਇਹ ਇੱਕ ਓਮਬਡਸਮੈਨ ਹੁੰਦਾ ਜਿਹੜਾ ਇਨਕੁਆਇਰੀ ਕਰਦਾ ਜੇਕਰ ਕਰਪਸ਼ਨ ਹੁੰਦੀ ਹੈ। ਐਡਮਿਨਿਸਟ੍ਰੇਸ਼ਨ ਆਫ PM, ਮਿਨਿਸਟਰਸ, MP, ਗਰੁੱਪ ABCD ਆਫੀਸਰਸ ਐਂਡ ਆਫੀਸ਼ੀਅਲਸ ਆਫ ਸੈਂਟਰ ਗਵਰਨਮੈਂਟ। ਇਹਦੀ ਫਾਰਮੇਸ਼ਨ ਜਿਹੜੀ ਆ ਪਾਰਲੀਮੈਂਟ ਐਕਟ 2013 ਦੇ ਅੰਦਰ ਹੋਈ ਆ ਔਰ ਇੱਕ ਸਟੈਚੂਰੀ ਬਾਡੀ ਹੈ ਔਰ ਕੋਨਸਟੀਟਿਊਸ਼ਨ ਦੇ ਅੰਦਰ ਨਹੀਂ ਰਿਟਨ ਵਿੱਚ ਹੈ। ਲੋਕਪਾਲ ਜਿਹੜਾ ਹੈ ਯੂਨੀਅਨ ਲੈਵਲ ਦਾ ਹੁੰਦਾ ਔਰ ਲੋਕਯੁਕਤ ਜਿਹੜਾ ਹੁੰਦਾ ਸਟੇਟ ਲੈਵਲ ਦਾ ਹੁੰਦਾ। ਇਹਦੀ ਸਟਰਕਚਰ ਦੇ ਵਿੱਚ 1+8 ਮੈਂਬਰਸ ਹੁੰਦੇ ਆ ਜਿਹਦੇ ਵਿੱਚ 50% ਜੁਡੀਸ਼ਰੀ 'ਚ ਆਉਂਦੇ ਆ ਅਤੇ 50% SC, ST, OBC, ਮਿਨੋਰਿਟੀ ਅਤੇ ਵੂਮੈਨਸ ਦੇ ਵਿੱਚ ਆਉਂਦੇ ਆ। ਇੱਕ ਕਮੇਟੀ ਹੁੰਦੀ ਹੈ ਜਿਹਦੇ ਵਿੱਚ PM, ਸਪੀਕਰ, ਲੀਡਰ ਆਫ ਆਪੋਜੀਸ਼ਨ, CGI ਔਰ ਐਮੀਨੈਂਟ ਜੂਰਿਸਟ ਹੁੰਦੇ ਆ ਜਿਹੜੇ ਰਿਕਮੈਂਡ ਕਰਦੇ ਆ ਪ੍ਰੈਜ਼ੀਡੈਂਟ ਨੂੰ ਇਹਨਾਂ ਨੂੰ ਅਪੁਆਇੰਟ ਕਰਨ ਵਾਸਤੇ ਔਰ ਪ੍ਰੈਜ਼ੀਡੈਂਟ ਇਹਨਾਂ ਨੂੰ ਅਪੁਆਇੰਟ ਕਰਦਾ ਔਰ ਇਹਨਾਂ ਨੂੰ ਹਟਾ ਵੀ ਨਹੀਂ ਸਕਦਾ ਪ੍ਰੈਜ਼ੀਡੈਂਟ ਤੋਂ ਬਿਨਾਂ, ਕੋਈ ਇਨਕੁਆਇਰੀ ਆਫ ਸੁਪਰੀਮ ਕੋਰਟ ਤੋਂ ਬਿਨਾਂ। ਔਰ ਜਿਹੜੇ ਇਹਦਾ ਟੈਨਿਊਰ ਹੈ 5 ਸਾਲ ਦਾ ਹੁੰਦਾ ਜਾਂ ਫਿਰ 70 ਸਾਲ ਦੀ ਏਜ ਹੋ ਜਾਵੇ ਤਾਂ। ਪਹਿਲਾ ਲੋਕਪਾਲ